ਸਾਡੇ ਤਿੰਨੋਂ ਸਾਥੀ ਸੁਭਾਸ਼ ਜੀ, ਗਰੇਵਾਲ ਸਾਹਿਬ, ਕੀਮਾ ਜੀ ਤੇ ਪਿਆਰੇ ਪ੍ਰੈਸ ਵਾਲੇ ਮਿੱਤਰੋ, ਅੱਜ ਅਸੀਂ ਜੋ ਉਸ ਦਿਨ 11 ਸੂਤਰੀ ਪ੍ਰੋਗਰਾਮ ਅਸੀਂ ਰੱਖਿਆ ਸੀ ਤੁਹਾਡੇ ਸਾਹਮਣੇ, ਸੰਕਲਪ ਪੱਤਰ 11 ਸੰਕਲਪ ਰੱਖੇ ਸੀ। ਅੱਜ ਸਿਰਫ ਪੇਂਡੂ ਖੇਤਰ ਲਈ ਅਸੀਂ ਇਹ ਸੰਕਲਪ 11 ਫਿਰ ਰੱਖੇ ਹੈ। ਉਹਦੀ ਡਿਟੇਲ ਵਿੱਚ ਭਾਵੇਂ ਸ਼ੇਖਾਵਤ ਸਾਹਿਬ ਨੇ ਬਹੁਤ ਅੱਛੇ ਢੰਗ ਨਾਲ ਤੁਹਾਡੇ ਨਾਲ ਸਾਰੀ ਵਾਰਤਾ ਵਿੱਚ ਕੀਤਾ, ਕਿਉਂਕਿ ਪੰਜਾਬ ਖੇਤੀ ਅਧਾਰਿਤ ਸੂਬਾ ਹੈ ਔਰ ਦੇਸ਼ ਨੂੰ ਵੀ ਜਿਸ ਤਰ੍ਹਾਂ ਸ਼ੇਖਾਵਤ ਸਾਹਿਬ ਨੇ ਕਿਹਾ, ਜਦੋਂ ਜ਼ਰੂਰਤ ਪਈ ਖੇਤੀ 'ਚ ਅਨਾਜ ਦੀ ਤਾਂ ਪੰਜਾਬ ਨੇ 1.5% ਆਬਾਦੀ ਜ਼ਮੀਨ ਦੇ ਨਾਲ 70% ਤੋਂ ਉੱਪਰ ਅਨਾਜ ਦਿੱਤਾ ਔਰ ਦੇਸ਼ ਨੂੰ ਭਰਪੂਰ ਪੈਦਾ ਕੀਤਾ ਔਰ ਅੱਜ ਇਹ ਦੇਸ਼ ਐਕਸਪੋਰਟ ਕਰ ਰਿਹਾ। ਇਸ ਕਰਕੇ ਸਭ ਤੋਂ ਵੱਧ ਧਿਆਨ ਦੇਣ ਦਾ ਜਦੋਂ ਸਾਡੀ ਸਰਕਾਰ ਬਣਦੀ ਹੈ, ਜੇ ਤੁਹਾਡੇ ਕਿਰਪਾ ਨਾਲ, ਪੰਜਾਬ ਦੇ ਲੋਕਾਂ ਦੀ ਕਿਰਪਾ ਨਾਲ, ਤਾਂ ਅਸੀਂ ਪੇਂਡੂ ਖੇਤਰਾਂ ਨੂੰ, ਕਿਉਂਕਿ ਪਿੰਡਾਂ ਵਿੱਚੋਂ ਲੋਕ ਸ਼ਹਿਰਾਂ ਵੱਲ ਲਵਾਉਂਦੇ ਹੈ, ਸਾਡੀ ਇੱਛਾ ਕਿ ਲੋਕ ਪਿੰਡ ਸ਼ਹਿਰਾਂ ਵੱਲੋਂ ਪਿੰਡ ਨੂੰ ਚਲੇ ਜਾਣ। ਇਸ ਕਰਕੇ ਉਹਦੇ ਲਈ ਸਹੂਲਤਾਂ ਪੈਦਾ ਕਰਨਾ, ਖੇਤੀ ਧੰਦਿਆਂ, ਖੇਤੀ ਅਧਾਰਿਤ ਧੰਦਿਆਂ ਨੂੰ ਉਤਸ਼ਾਹਿਤ ਕਰਨਾ, ਉਹਦੇ ਅਸੀਂ 11 ਸੰਕਲਪ ਤੁਹਾਡੇ ਨਾਲ ਸਾਂਝੇ ਕੀਤੇ ਸ਼ੇਖਾਵਤ ਸਾਹਿਬ ਨੇ। ਲੇਕਿਨ ਡਿਟੇਲ ਵਿੱਚ ਥੋੜ੍ਹਾ ਜਿਹਾ ਅਸੀਂ ਤਿੰਨੇ ਬੈਠ ਕੇ, ਦੋ ਚਾਰ ਜਿੰਨੇ ਵੀ ਸਾਡੇ ਕੋਲ ਆਉਣਗੇ, ਅਸੀਂ ਉਹਨੂੰ ਦੇਣਾ ਚਾਹੁੰਦੇ। ਵੈਸੇ ਤਾਂ ਤੁਸੀਂ ਪੜ੍ਹ ਹੀ ਲਓਗੇ, ਪਰ ਫਿਰ ਵੀ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਸੰਕਲਪਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਪਹਿਲਾਂ ਸਭ ਤੋਂ ਖੁਸ਼ਹਾਲ ਪੰਜਾਬ ਦੀ ਗੱਲ ਕੀਤੀ ਹੈ, ਖੁਸ਼ਹਾਲ ਕਿਸਾਨ ਦੀ, ਔਰ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ, ਜਿਸ ਤਰ੍ਹਾਂ ਸ਼ੇਖਾਵਤ ਸਾਹਿਬ ਨੇ ਕਿਹਾ MSP, ਉਸੇ ਆਧਾਰ 'ਤੇ ਅਸੀਂ ਬਾਕੀ ਸਬਜ਼ੀਆਂ 'ਤੇ ਉਹਨਾਂ ਸਾਰਿਆਂ 'ਤੇ ਦੇਵਾਂਗੇ, ਅਤੇ 5,000 ਕਰੋੜ ਰੁਪਏ ਦਾ ਸਾਲਾਨਾ ਬਚ ਰੱਖਿਆ ਜਾਏਗਾ। ਦੂਜਾ, ਕਰਜ਼ਾ ਮਾਫ਼ੀ ਦੀ ਵੀ ਕੀਤੀ ਹੈ ਕਿ 5 ਏਕੜ ਤੋਂ ਘੱਟ ਸਭ ਨੂੰ ਕਰਜ਼ਾ ਮਾਫ਼ ਕੀਤਾ ਜਾਏਗਾ। ਬੇਜ਼ਮੀਨੇ ਕਿਸਾਨਾਂ ਨੂੰ, ਜਿਸ ਤਰ੍ਹਾਂ ਸ਼ੇਖਾਵਤ ਸਾਹਿਬ ਨੇ ਕਿਹਾ ਕਿ 1,00,000 ਏਕੜ ਜ਼ਮੀਨ ਹੈ, ਉਹਦੇ ਲਈ ਉਹਨਾਂ ਨੂੰ ਦਿੱਤਾ ਜਾਏਗਾ। ਸੂਬੇ ਦੇ ਹਰੇਕ ਬੇਜ਼ਮੀਨੇ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਤਰਜ਼ 'ਤੇ 6,000 ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਏਗੀ। ਇਸ ਤੋਂ ਵੱਖਰਾ ਕਿਸਾਨਾਂ ਦੀ ਖੁਸ਼ਹਾਲੀ ਲਈ ਵੈਲਿਊ ਚੇਨ ਮੈਨੇਜਮੈਂਟ ਸ਼ੁਰੂ ਕੀਤੀ ਜਾਏਗੀ, ਜਿਸ ਨਾਲ ਕਿਸਾਨ ਆਪਣੀ ਖੇਤੀ ਦੀ ਪੈਦਾਵਾਰ ਨੂੰ ਉਚਿਤ ਕੀਮਤ 'ਤੇ ਵੇਚ ਸਕਣਗੇ ਅਤੇ ਖਰੀਦਦਾਰ ਵੀ ਵਾਜਬ ਮੁੱਲ 'ਤੇ ਖਰੀਦ ਸਕੇਗਾ। ਅੱਜ ਕੀ ਹੋ ਰਿਹਾ ਕਿ ਕਿਸਾਨ ਨੂੰ ਬਹੁਤ ਘੱਟ ਮਿਲਦਾ, ਕੀਮਤ ਬਹੁਤ ਘੱਟ ਮਿਲਦੀ ਹੈ, ਲੇਕਿਨ ਜੋ ਖਾਣ ਵਾਲਾ ਹੈ ਉਹਨੂੰ ਬਹੁਤ ਮਹਿੰਗੀ ਮਿਲਦੀ ਹੈ। ਉਹ ਸਾਡਾ ਪ੍ਰਬੰਧ ਹੋਏਗਾ ਕਿ ਉਹਨਾਂ ਨੂੰ ਇੱਕ ਕੀਮਤ 'ਤੇ, ਖਾਣ ਵਾਲਿਆਂ ਨੂੰ ਵੀ ਉਸੇ ਕੀਮਤ 'ਤੇ ਜਾਂ ਉਹ ਤੋਂ ਥੋੜ੍ਹਾ ਬਹੁਤ ਬਣ ਕੇ ਮਿਲੇ, ਉਹਨੂੰ ਆਧਾਰਿਤ ਸਾਡਾ ਬਣਾਏਗਾ ਤਾਂ ਕਿ ਅਸੀਂ ਉਸਨੂੰ ਕਰ ਸਕੀਏ। ਟਿਕਾਊ ਰਹਿਤ ਕ੍ਰਾਂਤੀ, ਖੇਤੀਬਾੜੀ ਨੂੰ ਚਿਰਸਥਾਈ ਅਤੇ ਟਿਕਾਊ ਬਣਾਉਣ ਲਈ ਕੈਮੀਕਲ ਖਾਦ ਰਹਿਤ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਅਤੇ ਇਸ ਲਈ 5,000 ਕਰੋੜ ਰੁਪਏ ਵਾਧਾ ਕੀਤਾ ਜਾਵੇਗਾ। ਸੋਲਰ ਟਿਊਬਵੈੱਲ ਲਗਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਖੇਤੀ ਨੂੰ ਵਿਕਸਿਤ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਭਾਵੇਂ ਸਾਡੇ ਕੋਲ ਹੈ, ਅਸੀਂ ਹੋਰ ਵੀ ਪ੍ਰਬੰਧ ਕਰਾਂਗੇ ਕਿ ਇੱਕ ਯੂਨੀਵਰਸਿਟੀ ਹੋਰ ਬਣਾਈ ਜਾਵੇ। ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਕਿਸਾਨਾਂ ਦੁਆਰਾ ਵਰਤੇ ਗਏ ਰਿਆਇਤੀ ਬੀਜਾਂ ਦੀ ਸੰਭਾਲ ਲਈ ਬੀਜ ਬੈਂਕ ਬਣਾਏ ਜਾਣਗੇ, ਕਿਉਂਕਿ ਬੀਜਾਂ ਦੀ ਸੰਭਾਲ ਦੀ ਬਹੁਤ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਕਈ ਵਾਰੀ ਬੀਜ ਐਸੇ ਮਿਲਦੇ ਨੇ ਜਿਹੜੇ ਉਤਪਾਦ ਪੈਦਾ ਹੀ ਨਹੀਂ ਕਰ ਸਕਦੇ ਕੁਛ। ਔਰ ਜ਼ੀਰੋ ਬਜਟ ਨੈਚੁਰਲ ਫਾਰਮਿੰਗ ਦੇ ਲਈ ਕ੍ਰਿਸ਼ੀ ਵਿਕਾਸ
ਕੇਂਦਰਾਂ ਵਿੱਚ ਮੁਫ਼ਤ ਸਿਖਲਾਈ ਦਿੱਤੀ ਜਾਏਗੀ। ਕਿਸਾਨ ਨੂੰ ਸਿਖਲਾਈ ਦੇਣ ਲਈ ਕੋਈ ਕੀਮਤ ਨਹੀਂ ਲੈ ਜਾਏਗੀ, ਉਹਨੂੰ ਮੁਫ਼ਤ ਦੇਵਾਂਗੇ ਉਹਦੀ। ਸ਼ੇਖਾਵਤ ਸਾਹਿਬ ਨੇ ਕਿਹਾ ਕਿ ਹਰੇਕ ਖੇਤ ਨੂੰ ਪਾਣੀ ਕਿਵੇਂ ਦਿੱਤਾ ਜਾਏ, ਭਾਵੇਂ ਸਾਡੇ ਹੈ ਲੇਕਿਨ ਪਾਣੀ ਬੜਾ ਨੀਚੇ ਚਲਾ ਗਿਆ, ਉਹਨੂੰ ਬਚਾਉਣ ਲਈ ਉਹਦੇ ਵੀ ਪ੍ਰਬੰਧ ਅਸੀਂ ਕੀਤੇ ਨੇ ਕਿ ਸਾਡੀ ਸਰਕਾਰ ਬਣਨ 'ਤੇ ਅਸੀਂ ਪਾਣੀ ਬਚਾਉਣ ਦਾ ਵੀ ਪ੍ਰਬੰਧ ਕਰਾਂਗੇ। ਇਹ ਨਹੀਂ ਕਿ ਉਹ ਪਾਣੀ ਜਿਹੜਾ ਲੱਗ ਰਿਹਾ ਹੁਣ, ਕਿਉਂਕਿ ਟਿਊਬਵੈੱਲਾਂ ਨਾਲ ਬਹੁਤਾ ਪਾਣੀ ਲੱਗ ਰਿਹਾ, ਉਸ ਨੂੰ ਬਚਾਉਣ ਲਈ ਕਿਸ ਤਰ੍ਹਾਂ ਪ੍ਰਬੰਧ ਹੋਏਗਾ ਉਹਦੇ ਅਸੀਂ ਰੱਖੇ ਨੇ ਕਿ ਹਰੇਕ ਖੇਤ ਨੂੰ ਪਾਣੀ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੇ ਅਧੀਨ ਲੰਮੇ ਸਮੇਂ ਤੋਂ ਵਿਚਾਲੇ ਹੀ ਲਟਕਦੀਆਂ ਸਿੰਚਾਈ ਦੀਆਂ ਯੋਜਨਾਵਾਂ ਨੂੰ ਪੂਰਾ ਕੀਤਾ ਜਾਏਗਾ ਅਤੇ ਨਵੀਆਂ ਸਿੰਚਾਈ ਯੋਜਨਾ ਲਿਆਂਦੀਆਂ ਜਾਣਗੀਆਂ। ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਪਰ ਕਰੋਪ ਦੇ ਅਧੀਨ ਪੂਰੇ ਰਾਜ ਵਿੱਚ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਏਗੀ, ਕਿਉਂਕਿ ਪਾਣੀ ਦਾ ਪੰਜਾਬ ਪਾਣੀ ਬਹੁਤ, ਜਿਵੇਂ ਸ਼ੇਖਾਵਤ ਸਾਹਿਬ ਨੇ ਤਾਂ ਆਪ ਕਿਹਾ ਕਿ ਪਾਣੀ ਦਾ ਬਹੁਤ ਪੱਧਰ ਨੀਚਾ ਚਲਾ ਗਿਆ, ਉਹਨੂੰ ਲਾਉਣ ਲਈ, ਉਹਨੂੰ ਘਟਾਉਣ ਲਈ ਜਾਂ ਉਹਨੂੰ ਬਚਾਉਣ ਲਈ ਇੱਕੋ ਪ੍ਰਬੰਧ ਹੈ ਕਿ ਇੱਕ ਡਰੋਪ ਪਾਣੀ ਨਾਲ ਜਿਵੇਂ ਖੇਤੀ ਹੁੰਦੀ ਹੈ ਉਸ ਤਰ੍ਹਾਂ ਕੀਤਾ ਜਾਵੇ ਤਾਂ ਕਿ ਪਾਣੀ ਬਚਾਇਆ ਜਾ ਸਕੇ। ਔਰ ਮੀਂਹ ਦੇ ਪਾਣੀ ਦੀ ਸੰਭਾਲ ਦੀ ਪ੍ਰਬੰਧ ਕਰਕੇ ਪੰਜਾਬ ਵਿੱਚ ਘਟਦੇ ਜਲ ਸਤਰ ਨੂੰ, ਕਿਉਂਕਿ ਪਾਣੀ ਬਾਰਿਸ਼ ਬਹੁਤ ਹੁੰਦੀ ਹੈ ਲੇਕਿਨ ਉਹਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕਿ ਉਹਨੂੰ ਕਿਵੇਂ ਜ਼ਮੀਨ ਵਿੱਚ ਸਿੱਟਿਆ ਜਾਵੇ, ਉਹਦਾ ਪ੍ਰਬੰਧ ਵੀ ਸਾਡੀ ਸਰਕਾਰ ਕਰੇਗੀ। ਔਰ ਪਾਣੀ ਦੀ ਸੰਭਾਲ ਕਰਨ ਲਈ ਮਦਦਗਾਰ ਸਿੰਚਾਈ ਸਾਧਨ ਲਗਾਉਣ ਲਈ ਸਬਸਿਡੀ ਦਿੱਤੀ ਜਾਏਗੀ, ਜਿਹੜੇ ਪਾਣੀ ਬਚਾਉਣ ਵਾਸਤੇ ਕੋਈ ਸਾਧਨ ਪੈਦਾ ਕਰਨਗੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ। ਸਿੰਚਾਈ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਵੈਸੇ ਤਾਂ ਸਾਰੇ ਮਹਿਕਮਿਆਂ 'ਚ ਬਹੁਤ ਹੈ ਲੇਕਿਨ ਸਿੰਚਾਈ ਦੇ ਖਾਸ ਕਰਕੇ ਮਹਿਕਮੇ 'ਚ ਵੀ ਚੱਲ ਰਿਹਾ ਉਹਦੇ ਉਹਨੂੰ ਕਰੇ ਜਾਏ। ਔਰ ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ ਕੀਤਾ ਜਾਏਗਾ, ਕਿਉਂਕਿ ਜਿਹੜੇ ਲੋਕ ਉੱਥੇ ਵੱਸਦੇ ਨੇ ਉਹ ਆਧਾਰਿਤ ਖੇਤੀਬਾੜੀ ਦੇ ਆਧਾਰਿਤ ਵੀ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਆਧਾਰਿਤ ਜਿਵੇਂ ਮੁਰਗੀ ਪਾਲਣ ਹੈ, ਮੱਛੀ ਪਾਲਣ ਹੈ, ਇਹਨਾਂ ਨੂੰ ਪੋਲਟਰੀ ਫਾਰਮਰ ਵੈਲਫੇਅਰ ਐਕਟ ਬਣਾ ਕੇ ਕਿਸਾਨਾਂ ਦੀ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ। ਔਰ ਡੇਅਰੀ ਫਾਰਮਿੰਗ ਪਾਲਣ ਹਰ ਪਿੰਡ ਵਿੱਚ ਮਿਲਕ ਚਿਲਿੰਗ ਸੈਂਟਰ ਦੀ ਵਿਵਸਥਾ ਕੀਤੀ ਜਾਵੇਗੀ, ਦੁੱਧ ਤੋਂ ਦਹੀਂ ਘਿਓ ਪਨੀਰ ਅਤੇ ਲੱਸੀ ਬਣਾਉਣ ਲਈ ਹਰੇਕ 30 ਪਿੰਡਾਂ ਦੇ ਇੱਕ ਗਰੁੱਪ ਵਿੱਚ ਸਬਸਿਡੀ 'ਤੇ ਮਸ਼ੀਨਾਂ ਦਿੱਤੀਆਂ ਜਾਣਗੀਆਂ। ਹਰ ਤਹਿਸੀਲ ਵਿੱਚ ਪਸ਼ੂ ਹਸਪਤਾਲ ਖੋਲ੍ਹੇ ਜਾਣਗੇ ਅਤੇ ਪਸ਼ੂ ਗਰਭਧਾਰਨ ਕੇਂਦਰ ਚਲਾਏ ਜਾਣਗੇ, ਤਾਂ ਕਿ ਹੁਣ ਕੀ ਹੈ, ਹੁਣ ਵੀ ਮੁਸ਼ਕਲ ਉਹਨਾਂ ਲੋਕਾਂ ਨੂੰ ਆ ਰਹੀ ਹੈ ਕਿ ਜਦੋਂ ਕੋਈ ਬਿਮਾਰ ਪਸ਼ੂ ਹੋ ਜਾਏ ਔਰ ਉਹਨੂੰ ਲਿਜਾਣ ਲਈ ਕੋਈ ਨੇੜੇ ਦਾ ਪ੍ਰਬੰਧ ਨਹੀਂ, ਉਹਨੂੰ ਨੇੜੇ ਹਰ ਪਿੰਡ ਵਿੱਚ ਅਸੀਂ ਉਹਦਾ ਪ੍ਰਬੰਧ ਕਰਾਂਗੇ। ਮਧੂ ਮੱਖੀ ਪਾਲਣ, ਸ਼ਹਿਦ ਦੀ ਪਰਖ ਅਤੇ ਮਧੂ ਮੱਖੀ ਪਾਲਣ ਦੀ ਸਿਖਲਾਈ ਹਰ ਜ਼ਿਲ੍ਹੇ ਵਿੱਚ ਮੁਫ਼ਤ ਦਿੱਤੀ ਜਾਏਗੀ। ਸ਼ਹਿਦ ਦੀ ਖਰੀਦੋ ਫਰੋਖਤ ਲਈ ਕਿਸਾਨ ਪੱਖੀ ਵਿਵਸਥਾ ਬਣਾਈ ਜਾਏਗੀ। ਮੋਹਾਲੀ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ ਵਿੱਚ ਨਵੇਂ ਕੋਲਡ ਸਟੋਰੇਜ ਅਤੇ ਗੋਦਾਮ ਬਣਾਏ ਜਾਣਗੇ ਅਤੇ ਇਸ ਲਈ ਹਵਾਈ ਮਾਰਗ ਰਾਹੀਂ ਟੋਆ ਟੁਆਈ ਦਾ ਪ੍ਰਬੰਧ ਵੀ ਕੀਤਾ ਜਾਏਗਾ। ਹੁਣ ਕੀ ਹੈ ਕਿ ਇਹਦਾ ਆਮ ਤੌਰ 'ਤੇ ਖਰਾਬ ਹੋ ਜਾਂਦਾ, ਇਹਨੂੰ ਪ੍ਰਬੰਧ ਨਹੀਂ ਹੋ ਸਕਦਾ ਖਰੀਦਦਾਰ ਦਾ, ਉਹਨੂੰ ਪ੍ਰਸਾਦ ਕਰਨ ਲਈ ਅਸੀਂ ਕੋਸ਼ਿਸ਼ ਕਰਾਂਗੇ ਕਿ ਹਵਾਈ ਜਹਾਜ਼ ਰਾਹੀਂ ਉਹਨਾਂ ਨੂੰ ਜਲਦੀ ਕਿਸੇ ਥਾਂ ਪਹੁੰਚਾਇਆ ਜਾ ਸਕੇ ਤਾਂ ਕਿ ਖਰਾਬ ਨਾ ਹੋ ਸਕਣ। ਔਰਤਾਂ, ਪਿਛੜੇ ਵਰਗ, ਅਨੁਸ਼ਾਸਿਤ ਜਾਤੀਆਂ, ਆਰਥਿਕ ਪੱਖੋਂ ਕਮਜ਼ੋਰ ਜਨਰਲ ਵਰਗ ਨਾਲ ਸੰਬੰਧ ਰੱਖਣ ਵਾਲਿਆਂ ਨੂੰ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਅਤੇ ਮਧੂ ਮੱਖੀ ਪਾਲਣ ਦਾ ਵਪਾਰ ਸ਼ੁਰੂ ਕਰਨ ਲਈ ਸਬਸਿਡੀ ਅਤੇ ਕਰਜ਼ੇ ਦੀ ਸਹੂਲਤ ਦਿੱਤੀ ਜਾਏਗੀ। ਇਹ ਚਾਰ ਜੋ ਹੈਗੇ ਸੰਕਲਪ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਬਾਕੀ ਸੰਕਲਪ ਸਾਡੇ ਸਾਥੀ ਨੇ ਗਰੇਵਾਲ ਸਾਹਿਬ ਅਤੇ ਚੀਮਾ ਜੀ, ਇਹ ਤੁਹਾਡੇ ਨਾਲ ਸਾਂਝੇ ਕਰਨਗੇ। ਔਰ ਬਹੁਤ ਬਹੁਤ ਧੰਨਵਾਦ, ਮੈਂ ਧੰਨਵਾਦ ਕਰਦਾ ਸਾਡੇ ਮੰਤਰੀ ਜੀ ਦਾ, ਸ਼ੇਖਾਵਤ ਸਾਹਿਬ ਦਾ, ਕਿ ਇਹਨਾਂ ਨੇ ਬੜੀ ਡਿਟੇਲ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਨੇ। ਔਰ ਜਿੰਨੀ ਪਰਖ, ਜਿੰਨੀ ਸਮਝ ਇਹਨਾਂ ਨੂੰ
ਆਪਦੇ ਮਹਿਕਮੇ ਬਾਰੇ ਹੈ, ਸ਼ਾਇਦ ਹੀ ਕਿਸੇ ਹੋਰ ਮੰਤਰੀ ਨੂੰ ਨਹੀਂ ਹੋਵੇ ਇਹ ਪਾਣੀ ਬਾਰੇ ਜਿੰਨਾ ਇਹਨਾਂ ਨੂੰ ਨੌਲੇਜ ਹੈ, ਔਰ ਪੰਜਾਬ ਦੇ ਪਾਣੀ ਦੀ ਖਾਸ ਕਰਕੇ ਇਹਨਾਂ ਨੂੰ ਫਿਕਰ ਸਾਡੇ ਨਾਲ ਵੀ ਵੱਧ ਹੈ। ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬਹੁਤ ਅੱਛੇ ਢੰਗ ਨਾਲ ਸਾਰੀ ਡਿਟੇਲ ਦਿੱਤੀ ਹੈ, ਔਰ ਹੁਣ ਮੈਂ ਬੇਨਤੀ ਕਰੂੰਗਾ ਸੁਭਾਸ਼ ਜੀ ਨੂੰ ਕਿ ਅਗਲਾ ਪ੍ਰੋਗਰਾਮ ਦੇਣ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਨੂੰ। ਧੰਨਵਾਦ ਢੀਂਡਸਾ ਸਾਹਿਬ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਹਰਜੀਤ ਸਿੰਘ ਗਰੇਵਾਲ ਜੀ ਨੂੰ ਕਿ ਉਹ ਵੀ ਕੁਛ ਸਾਡੇ ਜਿਹੜੇ ਸੰਕਲਪ ਅਸੀਂ ਰੱਖੇ ਆ ਤੁਹਾਡੇ ਸਾਹਮਣੇ, ਉਹਨਾਂ ਦੀ ਡਿਟੇਲ ਤੁਹਾਡੇ ਸਾਹਮਣੇ ਰੱਖਣਗੇ ਹਰਜੀਤ ਸਿੰਘ ਗਰੇਵਾਲ ਜੀ। ਸਾਡੇ ਪੰਜਾਬ ਦੇ ਚੁਣਾਵ ਪ੍ਰਭਾਰੀ ਗਜਿੰਦਰ ਸਿੰਘ ਸ਼ੇਖਾਵਤ ਜੀ, ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਸੁਭਾਸ਼ ਜੀ, ਵਿਕਰਮ ਚੀਮਾ ਜੀ ਅਤੇ ਆਏ ਹੋਏ ਸਾਰੇ ਹੀ ਪੱਤਰਕਾਰ ਭੈਣੋ ਅਤੇ ਭਰਾਓ, ਮੈਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਇੱਕ ਸੋਚਣ ਦਾ ਨਜ਼ਰੀਆ ਦੇਸ਼ ਦੇ ਲਈ ਜੋ ਅਸਲੀ ਪ੍ਰਸਥਿਤੀਆਂ ਨਾਲ ਹੈ, ਉਹ ਕਹਿੰਦੇ ਆ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਲੱਭਣ ਵਾਲੇ ਨਹੀਂ ਬਣਾਉਣਾ, ਰੁਜ਼ਗਾਰ ਦੇਣ ਵਾਲੇ ਬਣਾਉਣਾ। ਉਸੇ ਦੇ ਤਹਿਤ ਹੀ NDA ਨੇ ਪੰਜਾਬ ਦੇ ਅੰਦਰ ਇਹ ਆਪਣਾ ਸੰਕਲਪ ਪੱਤਰ ਜਿਹੜਾ ਪਿੰਡਾਂ ਦੇ ਲਈ ਆ ਇਹ ਲਿਆਂਦਾ ਹੈਗਾ, ਪੇਂਡੂ ਖੇਤਰਾਂ ਲਈ।